सो आवर टॉपिक इज कंपोनेंट ऑफ कंपोनेंट्स ऑफ मदरबोर्ड लास्ट टाइम में आप कुछ कंपोनट्स बट अगेन मैं सारे जो कंपोनट्स है वो रिवाइज कर रहा है सब तो पहला कंपोनट्स के नाम लिख रहे हैं। मैं जस्ट की है तुम आइडिया होना चाहिए है फस्ट कंपोनेंट इज़ योअर सीपी यू सॉकेट औरलॉट मीनस की जो आप ਇਹ ਐਕਸਪਲੇਨ ਮੈਂ ਕਰ ਦਾਂਗਾ ਸੈਕਿੰਡ ਇਜ਼ ਮੈਮਰੀ ਸਲੋਟ ਮੈਮਰੀ ਸਲੋਟਸ ਮੀਨਸ ਆਪਾਂ ਨੂੰ ਰੈਮ ਸਲੋਟਸ ਵੀ ਕਹਿ ਦਿੰਦੇ ਆ ਰੈਮ ਸਲੋਟਸ ਐਂਡ ਥਰਡ ਇਜ਼ ਕੈਸ਼ ਮੈਮਰੀ ਫੋਰਥ ਇਜ਼ ਚਿਪਸੈਟ ਫੋਰਥ ਇਜ਼ ਚਿਪਸੈਟ Then fifth is expansion slots. Expansion slots. Ja IO slots we can, you know, IO slots. Then sixth component is power connector. Seventh component is keyboard and mouse con keyboard and mouse connector. Eighth is hard disk. or cd dvd connector and ninth is rom bios rom bios tenth cmos battery cmos ਬੈਟਰੀ ਚਿਪ ਐਂਡ ਲਾਸਟ ਵਨ ਆਪਾਂ ਕਹਿ ਸਕਾਂਗੇ ਡਿਫਰੈਂਟ ਪੋਰਟਸ ਸੋ ਇਨ ਬਰੀਫ ਜਿਹੜੇ ਕੰਪੋਨੈਂਟਸ ਹੈਗੇ ਆ ਵਨ ਇਅਰ ਸੀਪੀ ਸਾਕਟ ਦੈਨ ਰੈਮ स्लots ਦੈਨ ਕੈਸ਼ ਮੈਮਰੀ ਦੈਨ ਚਿਪਸੈਟ ਦੈਰ ਆਈਓ ਸਲots ਦੈਨ ਪਾਵਰ ਕਨੈਕਟਰ ਦੈਨ ਕੀਬੋਰਡ ਐਂਡ ਮਾਊਸ ਕਨੈਕਟਰ then hard disk and cd dvd connector the rom bios cmos battery chip and ports hun je apa innu brief ch dekhna hove ta brief je in case mein innu brief ch edi main diagram banawa is cheez di so main je innu motherboard theek hai have... it your motherboard ਰਾਈਟ ਜੇ ਬੈਕ ਹੈਗੀ ਇਹ ਮਦਰਬੋਰਡ ਦੀ ਜਿਹਦੇ ਉੱਪਰ ਕੰਪੋਨੈਂਟਸ ਲੱਗੇ ਹੋਏ ਹੈਗੇ ਸੋ ਯੂ ਕੈਨ ਸੀ ਆਪਾਂ ਲੇਆਉਟ ਦੇਵਾਂਗੇ ਮਦਰਬੋਰਡ ਦੀ ਕੀ ਲੇਆਉਟ ਹੈ ਥਿਸ ਇਜ਼ ਮਦਰਬੋਰਡ ਰਾਈਟ ਇਹ ਮਦਰਬੋਰਡ ਦੇ ਉੱਪਰ ਕਿਹੜੀ ਜਿਹੜਾ ਸਭ ਤੋਂ ਪਹਿਲਾ ਕੰਪੋਨੈਂਟ ਸੀਪੀਯੂ ਸਾਕਟ ਸਪੋਜ਼ ਆਪਾਂ ਇਹਨੂੰ ਆਪਾਂ ਇੱਕ ਡਾਇਗਰਾਮ ਮੈਂ ਇਹਨੂੰ ਸੀਪੀਯੂ ਸਾਕਟ ਬਣਾ ਦੇਣਾ ਥਿਸ ਇਜ਼ ਯੋਰ ਸੀਪੀਯੂ ਸਾਕਟ ਸੀਪੀਯੂ ਸਾਕਟ ਮੀਨਸ ਕੀ ਹੈ ਇਹ ਵਾਲੀ ਜਗ੍ਹਾ ਤੇ ਕੀ ਹੈ ਥਿਸ ਥਿਸ ਦਾ ਸਾਕਟ ਔਰ ਸਲੋਟ ਵੇਅਰ ਵੀ ਪਲੇਸ ਦਾ ਆਵਰ ਸੀਪੀਯੂ ਜਿਹੜਾ ਪ੍ਰੋਸੈਸਰ ਹੋਏ ਜਿਵੇਂ i3 i5 ਹੈ ਜਿਹੜਾ ਵੀ ਪ੍ਰੋਸੈਸਰ ਹੈ ਪ੍ਰੋਸੈਸਰ ਦੀ ਅਸੈਂਬਲੀ ਹੈ ਉਹ ਸਾਰੀ ਕੀ ਇਹਦੇ ਉੱਪਰ ਫਿੱਟ ਹੋ ਜਾਂਦੀ ਹੈਗੀ ਆ ਇਹ ਬੇਸਿਕਲੀ ਸਲੋਟ ਹੁੰਦਾ ਹੈਗਾ ਸਲੋਟ ਦੇ ਉੱਪਰ ਪ੍ਰੋਸੈਸਰ ਲੱਗਦਾ ਹੈਗਾ ਮਦਰਬੋਰਡ ਦੇ ਉੱਪਰ ਸਲੋਟ ਬਣਿਆ ਹੁੰਦਾ ਹੈਗਾ ਸਲੋਟ ਦੇ ਉੱਪਰ ਪ੍ਰੋਸੈਸਰ ਲੱਗਿਆ ਹੁੰਦਾ ਹੈ ਸੈਕੰਡ ਹੈ ਮੈਮਰੀ ਸਲੋਟਸ ਇਹ ਪ੍ਰੋਸੈਸਰ ਸਲੋਟਸ ਹੈ ਇਹਦਾ ਸਿਮਿਲਰਲੀ ਕੀ ਹੈ ਮੈਮਰੀ ਸਲੋਟਸ ਹੈ ਮੈਮਰੀ ਸਲੋਟਸ ਕੀ ਬੇਸਿਕਲੀ ਕੀ ਹੈ ਆਪਾਂ ਮੈਮਰੀ स्लots ਮੈਂ ਇੱਧਰ ਬਣਾ ਰਿਹਾ ਆਂ ਇਹ ਇਹਦੀ ਪੋਜੀਸ਼ਨ ਵੇਰੀ ਕਰ ਸਕਦੀ ਹੈ ਕਿ ਐਗਜੈਕਟ ਪੋਜੀਸ਼ਨ ਹੀ ਹੋਏਗੀ ਜਸਟ ਮੈਂ ਡਾਇਗਰਾਮੈਟਿਕਲੀ ਤੁਹਾਨੂੰ ਐਕਸਪਲੇਨ ਕਰਨੀ ਦੱਸ ਰਿਹਾ ਆਂ ਮੈਮਰੀ स्लots ਦਾ ਮਤਲਬ ਕੀ ਹੈ ਇਹ ਇਸ ਤਰ੍ਹਾਂ ਦੀ स्लots ਹੁੰਦੇ ਆ ਗਿਆ ਬਹੁਤ ਹੀ ਬਰੀਕ स्लots ਹੁੰਦੇ ਆ ਗਿਆ ਬਰੀਕ ਇਹ ਜਿਹੜੇ स्लots ਹੁੰਦੇ ਆ ਥੋੜੀ ਲੈਂਥ ਜ਼ਿਆਦਾ ਹੁੰਦੀ ਇਹਨਾਂ ਦੀ ਇਹ ਬੇਸਿਕਲੀ RAM स्लots ਹੈ RAM स्लots ਇਹਦੇ ਵਿੱਚ ਕੀ ਹੈ ਜਿਹੜੀ ਤੁਸੀਂ RAM ਹੁੰਦੀ ਹੈ ਤੁਹਾਡੀ ਰੈਮ ਦੀ ਰੈਂਡਮ ਐਕਸੈਸ ਮੈਮਰੀ ਹੈ ਜਿਹੜੀ ਤੁਸੀਂ ਕਹਿ ਦਿੰਨੇ ਹੈਗੇ ਆ ਜਿਹੜੀ ਤੁਹਾਡੀ ਟੈਂਪਰੇਰੀ ਮੈਮਰੀ ਹੈਗੀ ਆ ਉਹ ਕੀ ਹੈ ਇੱਕ ਚਿਪ ਦੀ ਫਾਰਮ ਚ ਆਉਂਦੀ ਹੈਗੀ ਆ ਜਿਸ ਤਰ੍ਹਾਂ ਕੀ ਹੈ ਇਦਾਂ ਦੀ ਬਰੀਕ ਇਦਾਂ ਪਤਲੀ ਸਟ੍ਰਿਪ ਹੁੰਦੀ ਹੈ ਸਟ੍ਰਿਪ ਨਹੀਂ ਹੁੰਦੀ ਜਿਸ ਤਰ੍ਹਾਂ ਸਟ੍ਰਿਪ ਇਦਾਂ ਹੁੰਦੀ ਹੈਗੀ ਆ ਇਦਾਂ ਕਰਕੇ ਸਟ੍ਰਿਪ ਹੁੰਦੀ ਹੈਗੀ ਆ ਇਹ ਰੈਮ ਦੀ ਸਟ੍ਰਿਪ ਹੁੰਦੀ ਹੈਗੀ ਆ ਇਹ ਕੀ ਆ ਆਪਾਂ ਇਹਦੇ ਉੱਪਰ ਇਸ ਇਸ ਜਿਹੜੀ ਚਿਪ ਹੈਗੀ ਆ ਜੈਨ ਇਹਨੂੰ ਕੀ ਇਹਦੇ ਉੱਪਰ ਪਲੇਸ ਕਰ ਦਿੰਨੇ ਹੈਗੇ ਠੀਕ ਹੈ ਰੈਮ ਜਿਹੜੇ स्लots ਹੈਗੇ ਆ ਉਹਦੇ ਵਿੱਚ ਆਪਾਂ ਕਰ ਸਕਦੇ ਆ ਇਦਾਂ ਹੀ ਡਿਫਰੈਂਟ ਟਾਈਪਸ ਹੁੰਦੀਆਂ ਜੀਡੀਆਰ 1 2 3 ਉਹ ਅਕੋਰਡਿੰਗਲੀ ਚੱਲ ਜੀਗੇ ਥੈਨ ਕੈਸ਼ ਮੈਮਰੀ ਕੈਸ਼ ਮੈਮਰੀ ਬੇਸਿਕਲੀ ਕੀ ਹੈ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਿਆ ਕੈਸ਼ ਮੈਮਰੀ ਕੀ ਹੈ ਇੱਕ ਫਾਸਟ ਮੈਮਰੀ ਹੈਗੀ ਹੈ ਫਾਸਟ ਮੈਮਰੀ ਦਾ ਮਤਲਬ ਕੀ ਹੈ ਇਹ ਮੈਮਰੀ ਚ ਉਹ ਡਾਟਾ ਰੱਖਿਆ ਜਾਂਦਾ ਹੈ ਜਿਹੜਾ ਕਿ ਪ੍ਰੋਸੈਸਰ ਵਾਰ-ਵਾਰ ਯੂਜ਼ ਕਰਦਾ ਹੈਗਾ ਜਿਹੜੀ ਚੀਜ਼ ਫ੍ਰੀਕੁਐਂਟਲੀ ਯੂਜ਼ ਕੀਤੀ ਜਾਂਦੀ ਹੈਗੀ ਹੈ ਆਪਣੇ ਪ੍ਰੋਸੈਸਰ ਨੂੰ ਚਾਹੀਦੀਆਂ ਸੈਟਅਪ ਇਨਸਟ੍ਰਕਸ਼ਨਸ ਵਗੈਰਾ ਕੀ ਹੈ ਉਹ ਸਾਰੀਆਂ ਕਿੱਥੇ ਪਲੇਸ ਕਰਦਾ ਹੈਗਾ ਕੈਸ਼ ਮੈਮਰੀ ਨੂੰ ਇਹ ਜਿਹੜਾ ਜਿਹੜਾ ਸਾਈਜ਼ ਹੈ ਇਹ KB ਜਾਂ MB 'ਚ ਹੁੰਦਾ ਹੈਗਾ ਜਿਹੜਾ ਸਮਾਲਰ ਸਾਈਜ਼ ਹੁੰਦਾ ਹੈਗਾ ਇਹਦਾ ਐਸ ਕੰਪੇਅਰ ਟੂ ਅਦਰ ਮੈਮਰੀ ਜਿਹੜੀ RAM ਹੈਗੀ ਆ ਉਹਦਾ ਸਾਈਜ਼ ਵੀ ਜ਼ਿਆਦਾ ਹੁੰਦਾ ਹੈਗਾ ਸੋ ਨਾਰਮਲੀ ਜਿਹੜਾ ਇਹ ਮੈਮਰੀ स्लॉट ਹੈ ਚਲੋ ਮੈਂ ਮੈਮਰੀ ਸਲੋਟ ਹੀ ਪਹਿਲਾਂ ਦੱਸਦਾ ਤੁਹਾਡੇ ਕੈਸ਼ ਮੈਮਰੀ ਤੋਂ ਪਹਿਲਾਂ RAM ਸਲੋਟ ਜਿਹੜਾ ਹੈਗਾ ਤੁਹਾਨੂੰ ਦੱਸ ਚੁੱਕਿਆ ਹੈਗਾ RAM ਜਿਹੜੇ ਸਲੋਟ ਹੁੰਦਾ ਹੈਗਾ ਉਹਦੇ ਵਿੱਚ ਤੁਸੀਂ ਜਿਹੜਾ ਪਲੇਸ ਕਰਦੇ ਆਗੇ ਇਹਦੇ ਦੋ ਤਰ੍ਹਾਂ ਦੀਆਂ ਇਹ ਜਿਹੜੇ स्लots ਹੁੰਦੇ ਆ ਰੈਮ ਸਲੋਟਸ ਦੀ ਦੁਆਰਾ ਮੈਂ ਰਿਪੀਟ ਕਰ ਰਿਹਾ ਦੋ ਤਰ੍ਹਾਂ ਦੇ ਹੁੰਦੇ ਇੱਕ ਸਿਮ ਕਹਿੰਦੇ ਇੱਕ ਡਿਮ ਸਿਮ ਐਂਡ ਡਿਮ ਸਿਮ ਦਾ ਮਤਲਬ ਹੁੰਦਾ ਹੈਗਾ ਸਿਮ ਸਿਮ ਦਾ ਮਤਲਬ ਹੈ ਸਿੰਗਲ ਇਨਲਾਈਨ ਮੈਮਰੀ ਮੋਡਿਊਲ ਡਿ ਡਿਮ ਹੁੰਦਾ ਇੱਕ ਡਬਲ ਇਨਲਾਈਨ ਮੈਮਰੀ ਮੋਡਿਊਲ ਇਹ ਦੋ ਟਾਈਪਸ ਦੇ ਸਲੋਟਸ ਹੁੰਦੇ ਆ ਜਿਹੜੇ ਕੀ ਹੈ ਰੈਮ ਦੇ ਸਲੋਟਸ ਹੁੰਦੇ ਆਗੇ ਜਿਹੜੀ ਰੈਮ ਦੀ ਟਾਈਪ ਹੁੰਦੀ ਜਿਹੜੀ ਰੈਮ ਉਹਦੇ ਵਿੱਚ ਲੱਗਦੀ ਹੈਗੀ ਆ ਰੈਮ ਕਿਹੜੀ ਹੋ ਸਕਦੀ ਹੈਗੀ ਆ ਉਹਨ ਕਹਿ ਸਕਦੇ ਤੁਸੀਂ ਡੀ ਡੀ ਆਰ ਰੈਮ ਡਬਲ ਡਾਟਾ ਰੇਟ ਡੀ ਡੀ ਆਰ ਰੈਮ ਹੁੰਦੀ ਹੈਗੀ ਆ ਇਹਦੀ ਜਿਹੜੀ ਟਾਈਪਸ ਅੱਜ ਕੱਲ ਆ ਰਹੀਆਂ ਡੀ ਡੀ ਆਰ 1 ਡੀ ਡੀ ਆਰ 2 ਡੀ ਡੀ ਆਰ 3 ਡੀ ਡੀ ਆਰ 4 ਸੋ ਇਹ ਅਕੋਰਡਿੰਗਲੀ ਸਪੀਡ ਹੈਗੀ ਜਿੰਨੀ ਜ਼ਿਆਦਾ ਲੇਟੈਸਟ ਸਾਡੇ ਕੋਲ ਪ੍ਰੋਸੈਸਰ ਹੈ ਲੇਟੈਸਟ ਸਾਡੇ ਕੋਲ ਮਦਰਬੋਰਡ ਹੈ ਤਾਂ ਉਹਨਾਂ ਚ ਉਹ ਵਾਲੀ ਮੈਮਰੀ ਲੱਗੇਗੀ ਉਹ ਵਾਲੀ ਰੈਮ ਰੈਮ ਲੱਗੇਗੀ ਰੈਮ ਸਲੋਟ ਦੇ ਵਿੱਚ ਸੋ ਜਿਹੜੀ ਰੈਮ ਅੱਜ ਕੱਲ ਜਿਹੜੀ ਆਉਂਦੀ ਹੈ ਵੈਸੇ 4GB ਜਿਹੜਾ ਰੈਮ ਦਾ ਸਾਈਜ਼ ਹੁੰਦਾ ਹੈਗਾ 4GB 8GB ਇਸ ਤਰ੍ਹਾਂ 4GB 8GB ਆਉਂਦੀਆਂ ਨੇ ਮੀਨਸ ਕਿ ਜੇ ਤੁਹਾਡੇ ਕੋਲ ਦੋ ਸਲੋਟਸ ਹੈਗੇ ਆ ਤਾਂ ਤੁਸੀਂ ਜੇ 8GB ਦੇ ਜੇ ਇਹਨੂੰ ਸਪੋਰਟ ਕਰਦੇ ਆ ਤਾਂ ਮੈਕਸਿਮ ਆਪਾਂ 16GB ਲਗਾ ਸਕਦੇ 8GB ਇੱਥੇ 8GB ਸੋ ਰੈਮ ਦੀ ਇੱਕ ਬਹੁਤ ਜ਼ਿਆਦਾ ਇੰਪੋਰਟੈਂਸ ਹੈਗੀ ਆ ਕਾਰਨ ਕੀ ਹੈ ਜੋ ਵੀ ਜਦੋਂ ਵੀ ਆਪਾਂ ਤੁਸੀਂ ਕੰਪਿਊਟਰ ਤੇ ਕੰਮ ਕਰਦੇ ਹੈਗੇ ਆ ਤੇ ਸਭ ਤੋਂ ਪਹਿਲਾਂ ਜਿਹੜਾ ਵੀ ਪ੍ਰੋਸੈਸ ਹੁੰਦਾ ਹੈ ਕੰਪਿਊਟਰ ਦਾ ਸਵਿਚ ਔਨ ਤੋਂ ਬਾਅਦ ਉਹਦੇ ਵਿੱਚ ਕਾਫੀ ਕੁਝ ਜਿਹੜਾ ਹੋਲਡ ਹੈਗਾ ਉਹ ਰੈਮ ਦਾ ਹੈਗਾ ਕਾਰਨ ਕਾਰਨ ਇਹ ਹੈ ਜਦੋਂ ਸਿਸਟਮ ਤੁਸੀਂ ਔਨ ਕਰਦੇ ਹੈਗੇ ਆ ਕੁਝ ਸਟਾਰਟਅਪ ਪ੍ਰੋਗਰਾਮ ਹੁੰਦੇ ਹੈਗੇ ਆ ਉਹ ਬੇਸਿਕਲੀ ਕਾਦੇ ਵਿੱਚ ਹੁੰਦੇ ਹੈਗੇ ਆ ਉਹ ਤੁਹਾਨੂੰ ਮੈਂ ਅਗੇ ਐਕਸਪਲੇਨ ਕਰਾਂਗਾ ਰੋਮ ਬਾਇਓਸ ਦੇ ਵਿੱਚ ਆਈਡੀ ਰੋਮ ਬਾਇਓਸ ਹੈ ਨਾ ਇਹ ਰੋਮ ਬਾਇਓਸ ਰੀਡ ਓਨਲੀ ਮੈਮਰੀ ਬਾਇਓਸ ਇਹਦੇ ਸੈਟਅਪ ਇਨਸਟਰਕਸ਼ਨਸ ਹੁੰਦੀਆਂ ਹੈਗੀਆਂ ਇਹ ਇਨਸਟਰਕਸ਼ਨ ਤੋਂ ਕੀ ਹੈ ਸਰਸ ਤੁਹਾਡਾ ਸਿਸਟਮ ਦੀ ਬੂਟਿੰਗ ਸਟਾਰਟ ਹੁੰਦੀ ਹੈਗੀ ਆ ਤੇ ਜਿਹੜਾ ਆਪਰੇਟਿੰਗ ਸਿਸਟਮ ਤੁਹਾਡਾ ਹਾਰਡ ਡਿਸਕ ਦੇ ਵਿੱਚ ਪਿਆ ਹੈਗਾ ਉਹ ਸਾਰਾ ਲੋਡ ਹੋ ਕੇ ਕਾਦੇ ਚ ਆਉਂਦਾ ਹੈਗਾ ਰੈਮ ਦੇ ਵਿੱਚ ਆਉਂਦਾ ਹੈਗਾ ਸੋ ਜਦੋਂ ਵੀ ਤੁਸੀਂ ਕੰਪਿਊਟਰ 'ਚ ਕੰਮ ਕਰ ਰਹੇ ਹੋਣੇ ਹੈਗੇ ਜਿਸ ਟਾਈਮ ਤੁਸੀਂ ਸਪੋਜ਼ ਐਮ ਐਸ ਵਰਡ ਦਾ ਕੋਈ ਡਾਕੂਮੈਂਟ ਓਪਨ ਕੀਤਾ ਹੈਗਾ ਤਾਂ ਤੁਸੀਂ ਦੇਖਿਆ ਹੈਗਾ ਜੇ ਤੁਸੀਂ ਕਈ ਵਾਰ ਬਾਈ ਚਾਂਸ ਸਲਾਈਟ ਚਲੀ ਜਾਂਦੀ ਕੀ ਹੁੰਦਾ ਹੈਗਾ ਜੋ ਤੁਸੀਂ ਟਾਈਪ ਕੀਤਾ ਹੈ ਉਹ ਡਿਲੀਟ ਹੋ ਜਾਂਦਾ ਹੈਗਾ ਉਹ ਰੀਜ਼ਨ ਬੀਇੰਗ ਕੀ ਹੈ ਜਦੋਂ ਤੁਸੀਂ ਉਸ ਟਾਈਮ ਕੰਮ ਕਰ ਰਹੇ ਹੋਗੇ ਤਾਂ ਕਿਹੜੀ ਮੈਮਰੀ 'ਚ ਕਰ ਰਹੇ ਹੈਂ ਤੁਸੀਂ ਕਰ ਰਹੇ ਆ ਰੈਮ ਮੈਮਰੀ 'ਚ ਰੈਂਡਮ ਐਕਸੈਸ ਮੈਮਰੀ 'ਚ ਫਿਰ ਜਿੰਨਾ ਚਿਰ ਤੁਸੀਂ ਕਾਰਨ ਕੀਆ ਜਿਹੜੀ ਰੈਮ ਜਿਹੜੀ ਹੈਗੀ ਆ ਇੱਕ ਤਰ੍ਹਾਂ ਤੁਸੀਂ ਐਗਜ਼ੈਂਪਲ ਜੇ ਆਪਾਂ ਕਹੀਏ ਜਿਸ ਤਰ੍ਹਾਂ ਆਪਾਂ ਬੱਚੇ ਕੀ ਕਰਦੇ ਆ ਗਿਆ ਪਹਿਲਾਂ ਕੀ ਕਰਦੇ ਹੁੰਦੇ ਸੀ ਰਫ ਵਰਕ ਸਲੇਟ ਤੇ ਕਰਦੇ ਹੁੰਦੇ ਸੀਗੇ ਉਸ ਤੋਂ ਫੇਰ ਵਰਕ ਆਪਣੀ ਫਾਈਨਲ ਕਾਪੀ ਤੇ ਕਰਦੇ ਹੁੰਦੇ ਸੀਗੇ ਸੋ ਇੱਕ ਤਰ੍ਹਾਂ ਦੀ ਜਿਹੜੀ ਜਿਹੜੀ ਆਪਾਂ ਰੱਬ ਕਰ ਦਿੰਦੇ ਨੇ ਜਿਹੜੀ ਚੀਜ਼ ਤੋਂ ਉਹ ਆਪਣੀ ਸਲੇਟ ਹੈ ਉਹ ਰੈਮ ਦਾ ਕੰਮ ਕਰਦੀ ਤੇ ਜਿਹੜੀ ਆਪਣੀ ਫੇਅਰ ਕਾਪੀ ਹੁੰਦੀ ਸੀ ਉਹਨੂੰ ਆਪਾਂ ਆਪਾਂ ਕਹਿੰਦੇ ਨੇ ਹਾਰਡ ਡਿਸਕ ਹੈਗੀ ਆ ਸੋ ਕੀ ਹੈ ਜਦੋਂ ਵੀ ਤੁਸੀਂ ਕੰਪਿਊਟਰ 'ਚ ਕੰਮ ਕਰਦੇ ਹੈਗੇ ਆ ਜਿੰਨਾ ਚਿਰ ਤੁਸੀਂ ਸੇਵ ਨਹੀਂ ਕਰਦੇ ਡਾਕੂਮੈਂਟ ਨੂੰ ਉਹਨੇ ਚਿਰ ਉਹ ਕਿੱਥੇ ਕੰਮ ਕਿਸ ਟਾਈਮ ਕਿੱਥੇ ਹੁੰਦਾ ਹੈਗਾ ਉਸ ਟਾਈਮ ਉਹ RAM 'ਚ ਹੁੰਦਾ ਹੈਗਾ ਕਾਦੇ 'ਚ ਰੈਂਡਮ ਐਕਸੈਸ ਮੈਮਰੀ 'ਚ ਹੁੰਦਾ ਹੈਗਾ ਜਿਹੜੀ ਕਿ ਟੈਂਪਰੇਰੀ ਮੈਮਰੀ ਹੈਗੀ ਆ ਉਹਦੀ ਪ੍ਰੋਬਲਮ ਇਹ ਹੈ ਵੀ ਜਿੰਨਾ ਚਿਰ ਲਾਈਟ ਹੈਗੀ ਉਹਨਾ ਟਾਈਮ ਤੱਕ ਇਹ ਮੈਮਰੀ ਕੰਮ ਕਰਦੀ ਹੈ ਅਦਰਈ ਉਸ ਤੋਂ ਬਾਅਦ ਕੀ ਇਹਦੇ ਕੰਟੈਂਟਸ ਵਾਸ਼ ਹੋ ਜਾਂਦੇ ਆ ਡਿਲੀਟ ਹੋ ਜਾਂਦੇ ਹੈਗੇ ਸੋ ਇਹਦੇ ਲਈ ਕੀ ਜਦੋਂ ਵੀ ਤੁਸੀਂ ਡਾਕੂਮੈਂਟ ਨੂੰ ਕਲੋਜ਼ ਕਰਦੇ ਹੈਗੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਪੁੱਛਦਾ ਸੇਵ ਕਰਨ ਲਈ ਨੇਚਰਲੀ ਤੁਸੀਂ ਕੀ ਉਹਦਾ ਫਾਈਲ ਨੇਮ ਦਿੰਨੇ ਆ ਤੁਸੀਂ ਸੇਵ ਕਰਦੇ ਆ ਜਦੋਂ ਤੁਸੀਂ ਸੇਵ ਕਰਦੇ ਆ ਤੁਸੀਂ ਕਿਸ ਜਗ੍ਹਾ ਸੇਵ ਕਰਦੇ ਆ ਤੁਸੀਂ ਪਰਮਨੈਂਟ ਮੈਮਰੀ ਦੇ ਵਿੱਚ ਸਟੋਰ ਕਰਦੇ ਹੋ ਸੋ ਟੈਂਪਰੀ ਮੈਮਰੀ ਜਿਹੜਾ ਕੰਮ ਕਰ ਰਹੇ ਹੁੰਦੇ ਆ ਉਹਦੇ ਵਿੱਚ ਜੇ ਤੁਸੀਂ ਰੱਖੋਗੇ ਤਾਂ ਉਹ ਵਾਸ਼ ਹੋ ਜਾਏਗਾ ਡਿਲੀਟ ਹੋ ਜਾਏਗਾ ਜਦੋਂ ਤੁਸੀਂ ਸਿਸਟਮ ਬੰਦ ਕਰੋਗੇ ਪਰ ਜੇ ਤੁਸੀਂ ਪਰਮਨੈਂਟਲੀ ਕੋਈ ਡਾਟਾ ਸੇਵ ਕਰਨਾ ਤੁਸੀਂ ਫਾਈਲ ਬਣਾਉਣੀ ਹੈ ਪਰਮਨੈਂਟਲੀ ਸੇਵ ਕਰਨੀ ਹੈਗੀ ਤੁਸੀਂ ਆਪਣੇ ਨਾਮ ਨਾਲ ਵੀ ਕਰਦੇ ਆ ਤਾਂ ਅਲਟੀਮੇਟਲੀ ਕਿੱਥੇ ਸੇਵ ਹੁੰਦੀ ਆ ਉਹ ਹਾਰਡ ਡਿਸਕ 'ਚ ਹੁੰਦੀ ਆ ਸੋ ਤੇ ਜਿੰਨੀਆਂ ਤੁਹਾਡੀਆਂ ਆਪਰੇਟਿੰਗ ਸਿਸਟਮ ਤੁਹਾਡੀਆਂ ਜਿਹੜੀਆਂ ਫਾਈਲਾਂ ਸਾਰੀਆਂ ਲੋਡ ਹੋ ਕੇ ਜੋ ਤੁਹਾਡਾ ਜੋ ਜਦੋਂ ਇਸ ਟਾਈਮ ਆਪਰੇਟਿੰਗ ਸਿਸਟਮ ਜਬ ਵਿੰਡੋਜ਼ ਆ ਜਾਂਦਾ ਹੈਗਾ ਤੋਂ ਇਸ ਸਕਰੀਨ ਤੇ ਦੇਖਦੇ ਆ ਵਿੰਡੋਜ਼ ਆ ਗਈ ਹੁੰਦੀ ਹੈਗੀ ਵਿੰਡੋ ਸ਼ੋ ਹੋ ਰਹੀ ਹੁੰਦੀ ਹੈ ਤੁਹਾਡਾ ਕਰਸਰ ਮੂਵ ਕਰਨਾ ਸ਼ੁਰੂ ਹੋ ਜਾਂਦਾ ਉਸ ਟਾਈਮ ਤੁਸੀਂ ਸਾਰਾ ਕੁਝ ਜੋ ਕੁਝ ਹੋ ਰਿਹਾ ਹੁੰਦਾ ਕਦੇ ਚ ਹੋ ਰਿਹਾ ਹੁੰਦਾ ਰੈਮ ਦੇ ਵਿੱਚ ਹੋ ਰਿਹਾ ਸੋ ਤੁਸੀਂ ਇਮੇਜਿਨ ਕਰ ਸਕਦੇ ਆ ਜਿੰਨੀ ਕਿ ਇੰਪੋਰਟੈਂਸ ਬਾਕੀ ਕੰਪੋਨੈਂਟਸ ਦੀ ਉਸ ਤੋਂ ਬਹੁਤ ਜ਼ਿਆਦਾ ਇੰਪੋਰਟੈਂਸ ਰੈਮ ਦੀ ਹੈਗੀ ਹੈ ਜੇ ਸਿਸਟਮ ਤੇ ਤੁਹਾਡੀ ਰੈਮ ਖਰਾਬ ਹੋ ਗਈ ਤੇ ਤੁਹਾਡਾ ਸਿਸਟਮ ਵਰਕ ਨਹੀਂ ਕਰੂਗਾ ਸੋ ਹਮੇਸ਼ਾ ਕੀ ਹੈ ਜਦੋਂ ਵੀ ਕਈ ਵਾਰ ਰਿਪੇਅਰ ਕਰਦੇ ਸਿਸਟਮ ਨੂੰ ਤਾਂ ਸਭ ਤੋਂ ਪਹਿਲਾਂ ਕੀ ਹੈ ਜੇ ਸਿਸਟਮ 'ਚ ਫਾਲਟ ਪਈ ਤਾਂ ਜਿਹੜੀ ਰੈਮ ਹੁੰਦੀ ਹੈ ਕੀ ਇਹ स्लॉट 'ਚ ਲੱਗੀ ਹੁੰਦੀ ਹੈ ਅਸੀਂ ਉਹਨੂੰ ਕੱਢਦੇ ਹੈਗੇ ਐ ਇਦਾਂ ਕਰਕੇ ਕਢ ਲੈਨੇ ਆਂ ਕਢ ਕੇ ਅਸੀਂ ਦੁਬਾਰਾ ਉਹਨੂੰ ਦੁਬਾਰਾ ਰੀ ਇਨਸਰਟ ਕਰ ਦਿੰਨੇ ਹੈਗੇ ਤਾਂ ਕਈ ਵਾਰ ਕਾਫੀ ਅੱਜ ਤੁਹਾਡੇ ਕੰਪਿਊਟਰਾਂ 'ਚ ਪ੍ਰੋਬਲਮ ਸੋਲਵ ਹੋ ਜਾਂਦੀ ਹੈ ਕਦੇ ਤੁਹਾਨੂੰ ਵੀ ਕਦੇ ਪ੍ਰੋਬਲਮ ਆਉਂਦੀ ਹੈ ਕੋਈ ਸਿਸਟਮ ਤੁਹਾਡਾ ਕੋਈ ਹੈਂਗ ਹੁੰਦਾ ਜਾਂ ਕੀ ਹੈ ਤੁਸੀਂ ਰੈਮ ਨੂੰ ਇੱਕ ਵਾਰੀ ਕੱਢੋ ਕਿਉਂਕਿ ਇਹ ਲੌਕ ਹੁੰਦੇ ਦੋਨੋਂ ਸਾਈਡਸ ਤੋਂ ਲੌਕ ਖੁੱਲ ਜਾਂਦੇ ਹੈਗੇ ਤੇ ਰੈਮ ਦੀ ਜਿਹੜੀ ਆ ਜਿਸ ਤਰ੍ਹਾਂ ਤੁਹਾਨੂੰ ਮੈਂ ਕਿਹਾ ਇਸ ਤਰ੍ਹਾਂ ਦੀ ਰੈਮ ਬਣੀ ਹੁੰਦੀ ਹੈ ਇਹ ਬਾਹਰ ਆ ਜਾਂਦੀ ਤੁਸੀਂ ਦੁਬਾਰਾ ਫਿਰ ਉਹਨੂੰ ਰੀ ਇਨਸਰਟ ਕਰ ਦਿਓ ਸਿਸਟਮ 'ਚ ਕਾਫੀ ਆਰਟਿਕ ਪ੍ਰੋਬਲਮ ਜੇ ਖਰਾਬ ਹੋ ਜੇ ਤਾਂ ਸਿਸਟਮ ਤੁਹਾਡਾ ਬੂਟ ਕਦੇ ਵੀ ਨਹੀਂ ਕਰੇਗਾ ਤੇ ਸਿਸਟਮ 'ਚ ਇਹਦਾ ਬਹੁਤ ਵੱਡਾ ਰੋਲ ਹੈਗਾ ਰੈਮ ਦਾ ਰੈਮ ਤੋਂ ਬਿਨਾ ਵੀ ਸਿਸਟਮ ਜੇ ਰੈਮ 'ਚ ਫਾਲਟ ਹੈਗਾ ਤੁਹਾਡਾ ਸਿਸਟਮ ਬੀਪ ਦੇਵੇਗਾ ਤੇ ਸਿਸਟਮ ਬੰਦ ਹੋ ਜਾਏਗਾ ਮੀਨਸ ਕੀ ਆਪਰੇਟਿੰਗ ਸਿਸਟਮ ਲੋਡ ਨਹੀਂ ਹੋਏਗਾ ਸੋ ਰੈਮ ਦੀ ਸੋ ਦੂਸਰਾ ਕੀ ਹੈ ਇਸ ਤੋਂ ਬਾਅਦ ਆ ਜਾਂਦਾ ਤੁਹਾਨੂੰ ਕੈਸ਼ ਮੈਮਰੀ ਕੈਸ਼ ਮੈਮਰੀ ਜਿਹੜੀ ਹੈਗੀ ਬੇਸਿਕਲੀ ਕੀ ਹੈ ਇਹ ਹਾਈ ਸਪੀਡ ਮੈਮਰੀ ਹੈਗੀ ਹੈ ਹਾਈ ਸਪੀਡ ਮੈਮਰੀ ਦਾ ਪਰਪਸ ਕੀ ਹੈ ਇਹ ਜਿਹੜਾ ਪ੍ਰੋਸੈਸਰ ਨੂੰ ਕੋਈ ਰਿਕੁਐਸਟ ਜਾਂਦੀ ਕਿਸੀ ਕੰਮ ਲਈ ਵੀ ਆਹ ਕੰਮ ਕਰਨਾ ਹੈਗਾ ਜਿਹੜੇ ਇਮੀਜਿਟ ਕੰਮ ਆ ਉਹਦਾ ਜਿਹੜਾ ਕੀ ਹੈ ਉਹ ਜਿਹੜੀਆਂ ਰਿਕੁਐਸਟ ਹੈਗੀਆਂ ਉਹਨੂੰ ਹੋਲਡ ਕਰਦੀ ਹੈ ਬਫਰਿੰਗ ਦਾ ਕੰਮ ਕਰਦੀ ਹੈਗੀ ਹੈ ਜਿਹੜਾ ਹਾਈ ਸਪੀਡ ਡਾਟਾ ਹੈਗਾ ਉਹ ਸਾਰਾ ਕੈਸ਼ ਮੈਮਰੀ 'ਚ ਰਹਿੰਦਾ ਹੈਗਾ ਜਿੱਥੋਂ ਕਿ ਪ੍ਰੋਸੈਸਰ ਵਾਰ-ਵਾਰ ਡਾਟਾ ਲੈਂਦਾ ਹੈਗਾ ਤਾਂ ਕਿ ਫਾਸਟ ਆਪਰੇਸ਼ਨ ਕਰ ਸਕੇ ਸੋ ਇਹਨੂੰ ਜੇ ਇਹਦਾ ਜਿਹੜਾ ਨਾਮ ਹੈਗਾ ਇਹ ਜਿਹੜੀ ਲੋਕੇਸ਼ਨ ਹੈਗੀ ਜਾਤਰ ਕਈ ਵਾਰ ਹੁੰਦੀ ਹੈਗੀ ਆ ਕਿਉਂਕਿ ਸੀਪੀ ਸਾਕਟ ਹੈ ਦੇ ਉੱਪਰ ਕੀ ਹੈ ਇੱਥੇ ਸੀਪੀਯੂ ਲੱਗਿਆ ਹੁੰਦਾ ਹੈਗਾ ਜਿਵੇਂ ਸੁਪੋਜ਼ ਇਹ ਸੀਪੀਯੂ ਲੱਗਿਆ ਹੈਗਾ ਕਈ ਵਾਰ ਜਿਹੜੀ ਕੈਸ਼ ਮੈਮਰੀ ਦੀ ਲੋਕੇਸ਼ਨ ਕਿੱਥੇ ਹੁੰਦੀ ਹੈ ਇਹਦੀ ਲੋਕੇਸ਼ਨ ਜਾਂ ਤਾਂ ਕੀ ਹੈ ਇਹਦੇ ਉੱਪਰ ਹੋਏਗੀ ਜਾਂ ਤਾਂ ਕੀ ਹੋਏਗੀ ਇੱਕ ਮਿੰਟ ਕੈਸ਼ ਕਿਸ ਕਈ ਵਾਰ ਤਾਂ ਕੈਸ਼ ਜਿਹੜੀ ਹੁੰਦੀ ਹੈ ਤੁਹਾਡਾ ਸੀਪੀਯੂ ਹੈ ਸੀਪੀ ਦੇ ਉੱਪਰ ਹੁੰਦੀ ਹੈ ਜਿਵੇਂ ਇਹ ਕੀ ਹੈ ਇਹ ਕੈਸ਼ ਮੈਮਰੀ ਇਹ ਤੁਹਾਡਾ ਸੀਪੀਯੂ ਹੈ ਪਹਿਲਾਂ نیچے ਸਾਕਟ ਸਿੱਗੀ ਸਾਕਟ ਦੇ ਉੱਪਰ ਸੀਪੀਯੂ ਲੱਗਾ ਹੈ ਪ੍ਰੋਸੈਸਰ ਹੈ ਤੁਹਾਡਾ ਪ੍ਰੋਸੈਸਰ ਦੇ ਉੱਪਰ ਕੀ ਹੈ ਕੈਸ਼ ਮੈਮਰੀ ਜਾਂ ਕਿ ਇਹ ਨੀਰੈਸਟ ਹੁੰਦੀ ਹੈ ਜਾਂ ਕਿ ਇਹ ਬਿਲਕੁਲ ਹੀ ਪ੍ਰੋਸੈਸਰ ਦੇ ਨੇੜੇ ਹੁੰਦੀ ਹੈਗੀ ਹੈ ਤੇ ਜਿਹੜੀ ਕੈਸ਼ ਮੈਮਰੀ ਦਾ ਨਾਮ ਵੀ ਜਿਹੜਾ ਲਿਆ ਜਾਂਦਾ ਉਹਨੂੰ ਕੀ ਕਹਿੰਦੇ ਆ ਕੈਸ਼ ਮੈਮਰੀ ਨੂੰ ਕਹਿੰਦੇ ਨੇ L1 ਜਾਂ L2 ਕੈਸ਼ ਦਾ ਨਾਮ ਕੀ ਹੁੰਦਾ L1 ਕੈਸ਼ ਜਾਂ L2 ਕੈਸ਼ ਸੋ ਇਹ ਤੁਹਾਡਾ ਕੀ ਹੋ ਜਾਂਦਾ ਹੈਗਾ ਇਹ ਕੈਸ਼ ਮੈਮਰੀ ਹੋ ਜਾਂਦੀ ਹੈ ਜਿਹੜੀ ਫਾਸਟ ਮੈਮਰੀ ਆ ਹਾਈ ਸਪੀਡ ਮੈਮਰੀ ਹੈਗੀ ਆ ਇੱਕ ਡਿਫਰੈਂਟ ਮੈਮਰੀ ਹੈਗੀ ਆ ਦੇਖੋ ਰੈਮ ਨਾਲੋਂ ਵੀ ਡਿਫਰੈਂਟ ਹੈਗੀ ਆ ਰੋਮ ਨਾਲੋਂ ਵੀ ਡਿਫਰੈਂਟ ਹੈਗੀ ਆ ਹਾਰਡ ਡਿਸਕ ਨਾਲੋਂ ਡਿਫਰੈਂਟ ਆ ਇੱਕ ਤਨ ਮੈਂ ਐਗਜ਼ਾਮਪਲ ਵੀ ਦੱਸੀ ਸੀ ਜਿਵੇਂ ਕੱਲ ਮੈਂ ਮੈਕੈਨਿਕ ਦੀ ਐਗਜ਼ਾਮਪਲ ਤੁਹਾਨੂੰ ਦੱਸੀ ਸੀ ਇਲੈਕਟ੍ਰੀਸ਼ੀਅਨ ਕੀ ਕਰਦਾ ਜੋ ਪਲਾਸ ਵਗੈਰਾ ਜਾਂ ਪਲੈਅਰ ਵਗੈਰਾ ਕੋਈ ਆਪਣੇ ਨੀਰੈਸਟ ਰੱਖਦੇ ਹੈਗੇ ਜਿਹੜੀਆਂ ਚੀਜ਼ਾਂ ਦੀ ਵਾਰ-ਵਾਰ ਜ਼ਰੂਰਤ ਪੈਂਦੀ ਉਹ ਜ਼ਿਆਦਾਤਰ ਕੀ ਹੈ ਕੈਸ਼ ਵਿੱਚ ਰੱਖੀ ਜਾਂਦੀਆਂ ਇੰਪੋਰਟੈਂਟ ਟਾਸਕ ਜਿਹੜੇ ਵਾਰ-ਵਾਰ ਜਿਹੜੀ ਰਿਕੁਐਸਟ ਹੁੰਦੀ ਹੈ ਪਹਿਲਾਂ ਕੈਸ਼ ਮ ਹਾਈएस्ट ਪ੍ਰਾਇਓਰਟੀ ਹੁੰਦੀ ਹੈ ਹਾਈएस्ट ਪ੍ਰਾਇਓਰਟੀ ਸਮਝਿਆ ਪ੍ਰਾਇਓਰਟੀ ਦਾ ਮਤਲਬ ਹੁੰਦਾ ਹੈਗਾ ਜਿਹੜੀ ਚੀਜ਼ ਨੂੰ ਕੈਸ਼ ਮੈਮਰੀ ਚ ਡਾਟਾ ਇਹ ਸਭ ਤੋਂ ਪਹਿਲਾਂ ਇਹ ਐਕਸੈਸ ਹੁੰਦਾ ਹੈ ਇਹ ਤੋਂ ਬਾਅਦ ਰੈਮ ਦਾ ਡਾਟਾ ਐਕਸੈਸ ਹੁੰਦਾ ਹੈਗਾ ਪਹਿਲਾਂ ਅਗੀ ਸਮਝ ਤਾ ਨੂੰ ਇਹਨੇ ਹਲੋ ਲਗ ਰਹੀ ਸਭ ਠੀਕ ਹੈ ਹੁਣ ਠੀਕ ਹੈ ਉਸ ਤੋਂ ਬਾਅਦ ਚਿਪਸੈਟ ਉਸ ਤੋਂ ਬਾਅਦ ਨੈਕਸਟ ਟਾਪਿਕ ਜਿਹੜਾ ਹੈਗਾ ਤੁਹਾਡਾ ਕੀ ਹੈ ਟਾਪਿਕ ਕਹਿ ਰਹੇ ਆ ਤੁਹਾਨੂੰ ਜਿਹੜਾ ਪਾਰਟ ਹੈਗਾ ਡੈਟਿਸ ਕੰਪੋਨੈਂਟ ਹੈਗਾ ਡੈਟੀ ਚਿਪਸੈਟ ਬੇਸਿਕਲੀ ਕੀ ਹੈ ਦੇਅਰ ਆਰ ਟੂ ਟਾਈਪਸ ਆਫ ਚਿਪਸੈਟਸ ਜਿਹੜਾ ਮਦਰਬੋਰਡ ਹੁੰਦਾ ਹੈਗਾ ਮਦਰਬੋਰਡ ਦੇ ਆਪਾਂ ਰੈਮ ਸਲੌਟ ਦੇਖੀ ਹੈ ਤੇ ਸੀਪੀਯੂ ਸਲੌਟ ਦੇਖਿਆ ਤੇ ਦੋ ਚੀਜ਼ਾਂ ਕੀਤੀਆਂ ਜੀ ਇਹ ਕੈਸ਼ ਮੈਮਰੀ ਕੀਤੀ ਹੈ ਹੈਲੋ ਸੈਕੰਡ ਇਜ਼ ਚਿਪ ਫੋਰਥ ਕੰਪੋਨੈਂਟ ਇਜ਼ ਯੂ ਚਿਪਸੈਟ ਚਿਪਸੈਟਸ ਕੀ ਹੈ ਦੇਅਰ ਆਰ ਟੂ ਟਾਈਪਸ ਆਫ ਚਿਪਸ ਹੁੰਦੀਆਂ ਪ੍ਰੋਸੈਸਿੰਗ ਚਿਪਸ ਹੁੰਦੀਆਂ ਹੈਗੀਆਂ ਚਿਪਸੈਟ ਦੇ ਮਦਰਬੋਰਡ ਦੇ ਉੱਪਰ वन इज कॉल्ड नॉर्थ ब्रिज एंड सेकंड इज कॉल्ड साउथ ब्रिज जहां मैं कहदा जेड़ा ए पोर्शन है सपोज ए चिपसेट हैगा ए नॉर्थ ब्रिज है नॉर्थ ब्रिज ठीक है इक हुंदा हैगा साउथ ब्रिज ये में कहदा साउथ ब्रिज ये बेसिकली दोनों की है ये चिपसेट है नॉर्थ ब्रिज पे साउथ ब्रिज ਬੇਸਿਕਲੀ ਨਾਮ ਇਹਦਾ ਤਾਂ ਦੱਸਿਆ ਇਹਦੀ ਪਲੇਸ ਇਹਦੀ ਪਲੇਸਮੈਂਟ ਦੇ ਅਕੋਰਡਿੰਗਲੀ ਹੈ ਮਤਲਬ ਇਹ ਜਿਹੜੇ ਪੀਸੀ ਇੱਕ ਸਲੋਟਸ ਹੁੰਦੇ ਉਹਦੇ ਕਿਹੜੀ ਜਗ੍ਹਾ ਤੇ ਇਹਨੂੰ ਪਲੇਸ ਕੀਤਾ ਜਾਂਦਾ ਬ੍ਰਿਜ ਨੂੰ ਇਹ ਚਿਪਸੈਟ ਹੈ ਚਿਪਸੈਟ ਦਾ ਕੰਮ ਕੀ ਹੈ ਉਹਨਾਂ ਦੋਨੋਂ ਚਿਪਸੈਟ ਜਿਹੜੇ ਹੈਗੇ ਉਹਨਾਂ ਦਾ ਅਲੱਗ-ਅਲੱਗ ਕੰਮ ਹੈਗਾ ਜਿਹੜਾ ਨਾਰਥ ਬ੍ਰਿਜ ਹੈ ਨਾਰਥ ਬ੍ਰਿਜ ਕੀ ਮੇਨ ਮੈਮਰੀ ਤੇ ਜਿਹੜੀ ਰੈਮ ਬੇਸਿਕਲੀ ਕੀ ਹੈ ਨਾਰਥ ਬ੍ਰਿਜ ਦਾ ਕੀ ਕੰਮ ਹੈਗਾ ਜਿਹੜਾ ਵੀ ਸੀਪੀਯੂ ਤੇ ਮੇਨ ਮੈਮਰੀ ਦੇ ਵਿੱਚ ਜਿਹੜਾ ਫਲੋ ਹੈਗਾ ਉਸ ਸੀ ਨੂੰ ਮੈਂਟੇਨ ਕਰਦਾ ਹੈ ਨਾਰਥ ਬ੍ਰਿਜ ਕਿਹਨੂੰ ਕਰਦਾ ਹੈਗਾ ਜਿਹੜਾ CPU ਹੈ ਤੇ RAM ਮੇਨ ਮੈਮਰੀ ਜਦੋਂ ਆਪਾਂ ਮੇਨ ਮੈਮਰੀ ਦੀ ਗੱਲ ਕਰਦੇ ਹਾਂ ਕੰਪਿਊਟਰ ਵਿੱਚ ਤੈਨੂੰ ਉਹੀ ਆ ਟਾਕਿੰਗ ਅਬਾਊਟ RAM ਰੈਂਡਮ ਐਕਸੈਸ ਮੈਮਰੀ ਕਿਹੜੀ ਹੈ ਮੇਨ ਮੈਮਰੀ ਹੈਗੀ ਹੈ ਮੇਨ ਮੈਮਰੀ ਦੇ ਵਿੱਚ ਕੀ ਹੈ ਨਾਰਥ ਬ੍ਰਿਜ ਕਿਹਨੂੰ ਡੀਲ ਕਰਦਾ ਹੈਗਾ ਨਾਰਥ ਬ੍ਰਿਜ ਕਰਦਾ ਹੈਗਾ CPU CPU ਤੇ ਤੇ ਮੇਨ ਮੈਮਰੀ ਦੇ ਵਿੱਚ ਜਿਹੜਾ ਡਾਟਾ ਹੈਗਾ ਮੇਨ ਮੈਮਰੀ ਚ ਉਹ ਸੀਰੀ ਜਿਹੜੀ ਕਮਿਊਨੀਕੇਸ਼ਨ ਹੈਗੀ ਉਹ ਕੌਣ ਦੇਖਦਾ ਹੈਗਾ ਨਾਰਥ ਬ੍ਰਿਜ ਤੇ ਜਿਹੜੇ ਬਾਕੀ ਜਿਹੜੇ ਇਹ ਬਾਕੀ ਜਿਹੜੇ ਅਦਰ ਕੰਪੋਨੈਂਟਸ ਦਾ ਜਿਹੜਾ ਕੰਟਰੋਲ ਹੈਗਾ ਜਿਹੜਾ ਡਾਟਾ ਹੈਗਾ ਉਹਨਾਂ ਦਾ ਜਿਵੇਂ ਫਾਰ ਇਗਜ਼ਾਮਪਲ ਉਹ ਤੇ ਹਾਰਡ ਡਿਸਕ ਹੈਗੀ ਆ ਥੈਨ ਪੋਰਟਸ ਹੋ ਗਿਆ ਥੈਨ ਆਈਓ ਕੰਟਰੋਲਰ ਹੋ ਗਿਆ ਉਹ ਸਾਰੀਆਂ ਦਾ ਜਿਹੜਾ ਜਾਂ ਵੀਡੀਓ ਚਿਪਸ ਹੈਗੀਆਂ ਜਾਂ ਸਾਊਂਡ ਕਾਰਡਸ ਹੈਗੇ ਆ ਉਹ ਸਾਰੀਆਂ ਦੀ ਜਿਹੜੀ ਚਿਪਸੈਟ ਜਿਹਨੂੰ ਹੈਂਡਲ ਕਰਦਾ ਹੈਗਾ ਉਹ ਕਿਹੜਾ ਸਾਊਥ ਬ੍ਰਿਜ ਮੈਨ ਲੀ ਕੀ ਇਹ ਫਾਸਟ ਕੰਪੋਨੈਂਟ ਵਾਸਤੇ ਹੁੰਦਾ ਹੈਗਾ ਇਹ ਕੀ ਹੈ ਸਲੋ ਕੰਪੋਨੈਂਟਸ ਵਾਸਤੇ ਨਾਰਥ ਬ੍ਰਿਜ ਫਾਸਟ ਕੰਪੋਨੈਂਟਸ ਨੂੰ ਦੇਖਦਾ ਹੈਗਾ ਤੇ ਸਾਊਥ ਬ੍ਰਿਜ ਕਿਹਨੂੰ ਦੇਖਦਾ ਹੈਗਾ ਸਲੋ ਕੰਪੋਨੈਂਟ ਜਿ ਵਿੱਚ ਹਾਰਡ ਡਿਸਕ ਵਗੈਰਾ ਆ ਜਾਂਦੀ ਹੈਗੀ ਆ ਤੁਹਾਡੀ ਆਈਓ ਕੰਟਰੋਲਰ ਆ ਜਾਂਦੇ ਹੈਗੇ ਆ ਦੈਨ ਅਦਰ ਚਿਪਸੈਟ ਸਾਊਂਡ ਆ ਜਾਂਦਾ ਵੀਡੀਓ ਐਡਾਪਟਰ ਆ ਜਾਂਦਾ ਉਹ ਸਾਰਿਆਂ ਨੂੰ ਕੌਣ ਹੈਂਡਲ ਕਰਦਾ ਹੈਗਾ ਸਾਊਥ ਬ੍ਰਿਜ ਸੋ ਜਦੋਂ ਵੀ ਚਿਪਸੈਟ ਦੀ ਗੱਲ ਹੋਏਗੀ ਤਾਂ ਨੇਚਰਲੀ ਤੁਸੀਂ ਦੋ ਚੀਜ਼ਾਂ ਯਾਦ ਰੱਖਣੀਆਂ ਹੈਗੀਆਂ ਚਿਪਸੈਟ ਦੋ ਤਰ੍ਹਾਂ ਦੇ ਚਿਪਸੈਟ ਹੁੰਦੇ ਇੱਕ ਨਾਰਥ ਬ੍ਰਿਜ ਹੋਏਗਾ ਇੱਕ ਸਾਊਥ ਬ੍ਰਿਜ ਨਾਰਥ ਬ੍ਰਿਜ CPU ਤੇ ਮੇਨ ਮੈਮਰੀ ਦੀ ਮਤਲਬ ਫਾਸਟ ਡਿਵਾਈਸਸ ਨੂੰ ਜਿਹੜਾ ਫਾਸਟ ਕੰਟਰੋਲ ਹੈ ਜਿਹੜਾ ਨਾਰਥ ਬ੍ਰਿਜ ਕਰਦਾ ਤੇ ਸੋ ਸਲੋ ਜਿਹੜੇ ਕੰਪੋਨੈਂਟਸ ਆ ਉਹਨਾਂ ਨੂੰ ਕੌਣ ਹੈਂਡਲ ਕਰਦਾ ਹੈਗਾ ਸਾਊਥ ਬ੍ਰਿਜ ਦਿਸ ਇ नोन ਐਸ ਨਾਰਥ ਬ੍ਰਿਜ ਐਂਡ ਸਾਊਥ ਬ੍ਰਿਜ ਦਿਸ ਇ नोन ਐਸ ਚਿਪਸੈਟ ਇਹਨੂੰ ਆਪਾਂ ਕੀ ਕਹਦੇ ਨੇ ਹੈਗੇ ਚਿਪਸੈਟ ਆਫ ਦੀ ਮਦਰ ਬੋਰਡ ਥੈਨ ਐਕਸਪੈਂਸ਼ਨ स्लots ਨੈਕਸਟ ਕੰਪੋਨੈਂਟ ਆ ਜਾਂਦਾ ਐਕਸਪੈਂਸ਼ਨ स्लots ਐਕਸਪੈਂਸ਼ਨ ਸਲots ਦਾ ਬੇਸਿਕਲੀ ਪਰਪਸ ਕੀ ਹੈ ਸੋ ਮੈਨੂੰ ਨਾਰਥ ਬ੍ਰਿਜ ਨੂੰ ਥੋੜਾ ਸਮਾਲਰ ਕਰ ਰਿਹਾ ਕਿਉਂਕਿ ਇਹ ਐਬਸਟ੍ਰੈਕਟ ਕਰੇਗਾ ਆਪਾਂ ਨੂੰ ਜੇ ਆਪਾਂ ਇਹਨੂੰ ਨਾਰਥ ਇੱਥੇ ਬਣਾ ਦਈਏ ਇਹ ਤੁਹਾਡਾ ਸਾਊਥ ਬ੍ਰਿਜ ਸੀ ਸਾਊਥ ਬ੍ਰਿਜ ਇੱਕ ਜਿਹੜੇ ਹੁਣ ਇੱਕ ਸਲots ਐਕਸਪੈਂਸ਼ਨ ਸਲots ਐਕਸਪੈਂਸ਼ਨ ਸਲots ਦਾ ਐਕਸਪੈਂਸ਼ਨ ਦਾ ਮੀਨਿੰਗ ਕੀ ਹੈ ਹੁਣ ਕਈ ਵਾਰ ਕੀ ਹੁੰਦਾ ਹੈਗਾ ਵੈਸੇ ਤਾਂ ਬਹੁਤਿਆਂ ਪੋਰਟਸ ਵਗੈਰਾ ਜਿਹੜੀਆਂ ਬਣੀਆਂ ਹੈਗੀਆਂ ਮਦਰਬੋਰਡ ਦੇ ਉੱਪਰ ਬਣੀਆਂ ਹੈਗੀਆਂ ਪਰ ਪਹਿਲਾਂ ਕੀ ਹੈ ਪਹਿਲਾਂ ਬਹੁਤਾ ਜਿਹੜਾ ਜਿਹੜੇ ਕੰਪੋਨੈਂਟਸ ਹੁੰਦੇ ਸੀ ਜਿਹੜਾ ਬੜੇ ਜ਼ਿਆਦਾ ਡਿਵਾਈਸਸ ਕੰਮ ਕਰਦੇ ਸੀ ਉਹ ਐਕਸਪੈਂਸ਼ਨ ਸਲੋਟਸ 'ਚ ਕਾਰਡ ਲੱਗੇ ਹੁੰਦੇ ਸੀ ਐਕਸਪੈਂਸ਼ਨ ਸਲੋਟਸ ਕੀ ਹੁੰਦੇ ਇਦਾਂ ਕਰਕੇ ਸਲੋਟ ਬਣੇ ਹੁੰਦੇ ਗਿਆ ਇਹ ਕੀ ਹੈ ਸਲੋਟਸ ਇਹਨੂੰ ਕੀ ਕਹਿੰਦੇ ਆ ਆਈਓ ਸਲੋਟਸ ਥੀਸ ਆਰ नोन ਐਜ਼ ਆਈਓ ਜਾਂ ਐਕਸਪੈਂਸ਼ਨ ਸਲੋਟਸ ਇਹਨੂੰ ਕਹਿੰਦੇ ਆ ਗਿਆ ਆਈਓ ਸਲੋਟਸ ਜਾਂ ਐਕਸਪੈਂਸ਼ਨ ਸਲੋਟ ਜਾਂ ਕਹ ਲੋ ਐਕਸਪੈਂਸ਼ਨ ਸਲੋਟ ਐਕਸਪੈਂਸ਼ਨ ਸਲੋਟ ਦਾ ਕੰਮ ਕੀ ਹੈਗਾ ਅੱਜ ਕੱਲ ਇਹ ਜਿਹੜਾ ਜਿਆਦਾਤਰ ਸਲੋਟਸ ਹੈਗੇ ਆ ਇਹ ਪੀਸੀਆਈ ਦੇ ਨਾਮ ਨਾਲ ਜਾਣੇ ਜਾਂਦੇ ਆ ਕਿਸੇ ਦੇ ਨਾਮ ਨਾਲ ਪੀਸੀਆਈ ਪੀਸੀਆਈ ਕੀ ਹੈ ਇਹਦੀ ਟਾਈਪ ਹੈਗੀ ਆ ਜਿਹੜੀ ਸਲੋਟਸ ਹੈਗੀ ਆ ਇਹਦੀ ਟਾਈਪਸ ਇਦਾਂ ਕਰਕੇ ਸਲੋਟਸ ਹੈਗੇ ਆ ਬੇਸਿਕਲੀ ਕੀ ਹੈ ਜਿਹੜੇ ਅੱਜ ਕੱਲ ਕਾਫੀ ਕਾਰਡਸ ਜਿਹੜੇ ਕਾਰਡਸ ਆਉਂਦੇ ਸੀ ਪਹਿਲਾਂ ਉਹ ਕੀ ਇਹਦੇ ਵਿੱਚ ਲੱਗ ਜਾਂਦੇ ਹੁੰਦੇ ਸੀ ਮੀਨਸ ਕੀ ਹੈ ਕਾਰਡ ਨੂੰ ਆਪਾਂ ਕੀ ਕਰਦੇ ਸੀਗੇ ਜਿਵੇਂ ਜਿਵੇਂ ਅ ਮੈਮਰੀ स्लॉट ਜਿਹੜੇ ਹੈਗੇ RAM स्लॉट ਚ ਆਪਾਂ RAM ਲਗਾਉਣੀ ਹੈਗੀ ਆ RAM ਤਾਂ ਇੱਕ ਮੈਮਰੀ ਹੈਗੀ ਆ ਪਰ ਜੇ ਤੁਸੀਂ ਕੋਈ ਕਾਰਡ ਫਿੱਟ ਕਰਨਾ ਹੈਗਾ ਐਕਸਟੈਂਸ਼ਨ ਐਕਸਟੈਂਡ ਕਰਨਾ ਸਿਸਟਮ ਨੂੰ ਤਾਂ ਆਪਾਂ ਬਾਹਰੋਂ ਕਾਰਡ ਲਗਾ ਕੇ ਇੱਥੇ ਲਗਾਉਂਦੇ ਸੀਗੇ ਪਰ ਅੱਜ ਕੱਲੇ ਬਹੁਤੀ ਜਗ੍ਹਾ ਇਹ ਯੂਜ਼ਰ ਕੱਟ ਹੁੰਦਾ ਹੈਗਾ ਇੱਕ ਜਾਂ ਦੋ स्लॉट्स ਰਹਿ ਗਏ PCIE स्लॉट्स ਹੈਗੇ ਆ ਇਹ ਕੀ ਹੈ ਐਕਸਪੈਂਸ਼ਨ ਵਾਸਤੇ ਕਈ ਵਾਰ ਕੀ ਹੁੰਦਾ ਤੁਸੀਂ ਹੁਣ ਤੁਸੀਂ ਕੰਪਿਊਟਰ ਤੇ ਆਪਾਂ ਲਗਾ ਦਨੇ ਆ ਮਾਊਸ ਲਗਾ ਦਨੇ ਆ ਕੀਬੋਰਡ ਲਗਾਉਣੇ ਗੀ ਆ ਹੁਣ ਜਿਹੜੀ ਜਗ੍ਹਾ ਤੇ ਤੁਸੀਂ ਮਾਊਸ ਚ ਕੀਬੋਰਡ ਲਗਾਉਣੇ ਆ ਅੱਜ ਕੱਲ ਤਾਂ ਤੁਸੀਂ ਲਗਾਉਣੇ ਨਾ ਅ ਯੂ ਐਸ ਬੀ ਬੇਸਡ ਹੈ ਪਹਿਲਾਂ ਕੀ ਹੁੰਦਾ ਸੀ ਇਹ ਯੂ ਐਸ ਬੀ ਬੇਸਡ ਨਹੀਂ ਹੁੰਦੇ ਸੀਗੇ ਪਹਿਲਾਂ ਜਿਹੜੇ ਮਾਊਸ ਕਨੈਕਟਰ ਅੱਜ ਵੀ ਜਿਹੜੇ ਆਉਂਦੇ ਆ ਕਈ ਵਾਰ ਤੁਸੀਂ ਦੇਖਿਆ ਮਾਊਸ ਕਨੈਕਟਰ ਰਾਉਂਡ ਵੀ ਹੁੰਦੇ ਆ ਇਦਾਂ ਕਰਕੇ ਇਦਾਂ ਕਰਕੇ ਇਦਾਂ ਕਰਕੇ 6 ਪਿਨ ਕਨੈਕਟਰ ਹੁੰਦਾ ਹੈਗਾ ਜੇ ਕਈ ਵਾਰ ਮਾਊਸ ਤੁਸੀਂ ਦੇਖਿਆ ਹੈਗਾ ਇਸ ਇਸ ਤਰ੍ਹਾਂ ਦੀ ਸ਼ੇਪ ਚ ਕਨੈਕਟਰ ਲੱਗਿਆ ਹੁੰਦਾ ਹੈਗਾ ਇਦਾਂ ਹੀ ਇਸੇ ਸ਼ੇਪ ਚ ਤਾਡੇ ਕੀਬੋਰਡ ਲੱਗਦਾ ਹੈਗਾ ਸੋ ਇਹ ਜਿਹੜੇ ਕਨੈਕਟਰ ਹੈਗੇ ਆ ਜੇ ਬਾਈ ਚਾਂਸੇ ਕਨੈਕਟਰ ਖਰਾਬ ਹੋ ਜੇ ਸਪੋਜ਼ ਕੀ ਹੈ ਤੁਸੀਂ ਮਦਰਬੋਰਡ ਦੇ ਉੱਪਰ ਤੁਹਾਡੇ ਕਨੈਕਟਰ ਲੱਗੇ ਆ ਦੋਨੋਂ ਖਰਾਬ ਹੋ ਜਾਣ ਤੁਹਾਡਾ ਤੁਸੀਂ ਮਾਊਸ ਕਿੱਥੇ ਅਟੈਚ ਕਰੋਗੇ ਕੀਬੋਰਡ ਕਿੱਥੇ ਲਗਾਉਗੇ ਜਾਂ ਸਾਊਂਡ ਕਾਰਡ ਤੁਹਾਡਾ ਖਰਾਬ ਹੋ ਜਾਂਦਾ ਜਿੱਥੇ ਸਾਊਂਡ ਲਗਾਉਣੇ ਆ ਸਾਊਂਡ ਲਈ ਤੁਸੀਂ ਮਦਰਬੋਰਡ ਤੇ ਲਗਾਉਣੇ ਨਾ ਤੁਸੀਂ ਪਿੰਨ ਲਗਾ ਦਿੰਨੇ ਆ ਜਿਵੇਂ ਆਪਾਂ ਮੋਬਾਈਲ 'ਚ ਲਗਾਉਣੇ ਇਦਾਂ ਹੀ ਸਾਊਂਡ ਕਾਰਡ 'ਚ ਜਦੋਂ ਸਪੀਕਰ ਲਗਾਉਣੇ ਆ ਸਿਸਟਮ ਤੇ ਆਪਾਂ स्लॉट ਉਹਦੇ ਪੋਰਟ ਦੇ ਵਿੱਚ ਲਗਾਉਣੇ ਆ ਸਪੋਜ਼ ਇਹ ਪੋਰਟਸ ਖਰਾਬ ਹੋਏ ਤਾਂ ਆਪਣੇ ਕੀ ਆਪ ਮਾਰਕੀਟ ਚੋਂ ਤੁਸੀਂ ਉਹਨੂੰ ਰਿਪੇਅਰ ਕਰਨ ਦੀ ਬਜਾਏ ਕੀ ਹੈ ਮਾਰਕੀਟ ਚੋਂ ਇੱਕ ਕਾਰਡ ਮਿਲ ਜਾਂਦੇ ਆ ਸਾਊਂਡ ਕਾਰਡ ਉਹ ਸਾਊਂਡ ਕਾਰਡ ਨੂੰ ਤੁਸੀਂ ਪਲੇਸ ਕਰ ਦੋ ਇਹਦੇ ਉੱਪਰ ਪਲੇਸ ਕਰਕੇ ਕੀ ਹੈ ਉਸ ਕਾਉਂਟ ਕੋਰਡ ਦੇ ਉੱਪਰ ਪੋਰਟ ਬਣੀ ਹੁੰਦੀ ਹੈਗੀ ਜਿੱਥੇ ਤੁਸੀਂ ਆਪਣਾ ਜਿਹੜਾ ਵੀ ਕੰਪੋਨੈਂਟ ਹੈ ਜਿਹੜਾ ਪਾਰਟ ਹੈਗਾ ਉਹ ਲਗਾ ਸਕਦੇ ਆ ਸੋ ਐਕਸਪੈਂਸ਼ਨ स्लॉट ਦਾ ਕੰਮ ਕੀ ਹੈ ਇਹ ਆਈਓ ਸਲੋਟਸ ਵੀ ਹੁੰਦੇ ਗਿਆ ਇਹ ਦੋ ਜਾਂ ਤਿੰਨ ਸਲੋਟਸ ਹੁੰਦੇ ਗਿਆ ਪੀਸੀਈ ਸਲੋਟਸ ਹੁੰਦੇ ਗਿਆ ਇਹ ਸਿਸਟਮ ਨੂੰ ਐਕਸਪੈਂਡ ਕਰਨ ਵਾਸਤੇ ਹੁੰਦਾ ਹੈ ਜੇ ਸਿਸਟਮ ਵਿੱਚ ਕੋਈ ਪੋਰਟ ਫਾਲਟੀ ਹੋ ਜੇ ਤਾਂ ਆਪਾਂ ਕਾਰਡ ਆਪਾਂ ਲਗਾ ਸਕਦੇ ਆਗੇ ਜਿਸ ਨੂੰ ਨੋਨ ਐਸ ਆਈਸੋ ਸੌਰੀ ਐਕਸਪੈਂਸ਼ਨ ਸਲੋਟਸ ਜਾਂ ਆਈਓ ਸਲੋਟਸ ਫਿਰ ਆ ਜਾਂਦਾ ਹੈਗਾ ਪਾਵਰ ਕਨੈਕਟਰ 6 ਸਾਈਨ ਦਾ ਪਾਵਰ ਕਨੈਕਟਰ ਵਟ ਇਜ਼ ਪਾਵਰ ਕਨੈਕਟਰ ਹੁਣ ਤੁਸੀਂ ਦੇਖਿਆ ਹੈਗਾ ਆਪਣਾ ਜਿਹੜਾ ਕੰਪਿਊਟਰ ਹੁੰਦਾ ਹੈਗਾ ਕੰਪਿਊਟਰ ਦਾ ਮਦਰਬੋਰਡ ਹੁੰਦਾ ਸਾਰਾ ਕੰਪਿਊਟਰ ਨੂੰ ਅਲਟੀਮੇਟਲੀ ਤੁਸੀਂ ਸਪਲਾਈ ਦਿੰਨੇ ਆ ਠੀਕ ਹੈ ਕੰਪਿਊਟਰ ਨੂੰ ਸਪਲਾਈ ਤਾਂ ਤੁਸੀਂ ਦੇ ਦੇ ਦਨੇ ਹੈਗੇ ਆ ਇੱਕ ਕੇਬਲ ਲਗਾ ਦਿੰਨੇ ਆ ਸਿਸਟਮ ਦੇ ਬੈਕ ਸਾਈਡ ਤੇ ਲਗਾ ਦਿੰਨੇ ਹੁਣ ਅਲਟੀਮੇਟਲੀ ਜਿਹੜਾ ਮਦਰ ਬੋਰਡ ਆ ਉਹਦੇ ਵੀ ਜਿੰਨੇ ਕੰਪੋਨੈਂਟਸ ਆ ਉਹਨੂੰ ਸਪਲਾਈ ਚਾਹੀਦੀ ਹੈਗੀ ਆ ਸੋ ਉਹ ਸਪਲਾਈ ਵਾਸਤੇ ਕੀ ਹੁੰਦਾ ਹੈਗਾ ਇੱਕ ਪਾਵਰ ਕਨੈਕਟਰ ਹੁੰਦਾ ਹੈਗਾ ਪਾਵਰ ਕਨੈਕਟਰ ਹੁੰਦਾ ਹੈਗਾ ਬੇਸਿਕਲੀ ਮਦਰ ਬੋਰਡ ਨੂੰ ਸਪਲਾਈ ਦੇਣ ਵਾਸਤੇ ਮੀਨਸ ਕੀ ਆ ਸਾਰਾ ਬੋਰਡ ਆ ਜਿੰਨੇ ਕੰਪੋਨੈਂਟਸ ਕੰਮ ਕਰ ਰਹੇ ਆ CPU ਨਾਰਥ ਬ੍ਰਿਜ ਐਕਸਪੈਂਸ਼ਨ स्लots ਇਹਦੇ ਲਈ ਕੀ ਆ ਬਿ ਸਪਲਾਈ ਕਿੱਥੇ ਦੇਣੀ ਆ ਮਦਰ ਬੋਰਡ ਨੂੰ ਸਪਲਾਈ ਕਿੱਥੋਂ ਦੇਣੀ ਹੈਗੀ ਸੋ ਇੱਕ ਸਿੰਗਲ ਕਨੈਕਟਰ ਹੁੰਦਾ ਇਦਾਂ ਦਾ ਤੁਸੀਂ ਦੇਖਿਆ ਹੋਵੇ ਸ਼ਾਇਦ ਇਹਦਾ ਇਹ ਕੀ ਆ दिस ਇਅਰ ਪਾਵਰ ਕਨੈਕਟਰ ਪਾਵਰ ਕਨੈਕਟਰ ਪਾਵਰ ਕਨੈਕਟਰ ਹੁਣ ਕੀ ਹੈ ਜਿਹੜੀ ਸਪਲਾਈ ਹੁੰਦੀ ਹੈਗੀ ਆ ਜਿਹੜੇ ਆਪਾਂ ਕੰਪਿਊਟਰ ਨੂੰ ਸਪਲਾਈ ਦਿੰਨੇ ਆ ਪਾਵਰ ਸਪਲਾਈ ਦਿੰਨੇ ਆ ਗਿਆ ਉਹ ਵਾਲੀ ਸਪਲਾਈ ਕੀ ਹੈ ਉਹਨੂੰ ਕਹਿੰਦੇ ਸਵਿਚਡ ਮੋਡ ਪਾਵਰ ਸਪਲਾਈ ਐਸ ਐਮ ਪੀ ਐਸ ਇਸ ਇ नोन ਐਸ ਐਮ ਪੀ ਐਸ ਤੁਸੀਂ ਦੇਖਿਆ ਜਿੱਥੇ ਤੁਸੀਂ ਕੰਪਿਊਟਰ ਦੇ ਬੈਕ ਸਾਈਡ ਤੇ ਪਾਵਰ ਲਗਾਉਣੀ ਹੈ ਨਾ ਜਿੱਥੇ ਫੈਨ ਵੀ ਲੱਗਿਆ ਹੁੰਦਾ ਹੈਗਾ ਕਈ ਵਾਰ ਹਵਾ ਆ ਰਹੀ ਹੁੰਦੀ ਹੈ ਤੇ ਉੱਥੇ ਤੁਹਾਨੂੰ ਪਤਾ ਲੱਗ ਰਿਹਾ ਹੁੰਦਾ ਸਪਲਾਈ ਆ ਜਿਹੜਾ ਕੋਰਨਰ ਕੋਰਨਰ ਚ ਲੱਗੀ ਹੁੰਦੀ ਹੈਗੀ ਹੈ ਸੀਪੀਯੂ ਬਾਕਸ ਦੇ ਉਹ ਸਪਲਾਈ ਜਿਹੜੀ ਹੁੰਦੀ ਉਹ ਆਪਾਂ 220 ਵੋਲਟ ਦਿੰਨੇ ਹੈਗੇ ਪਰ ਉਹ ਜਿਹੜੀ ਸਪਲਾਈ ਹੈਗੀ ਅੰਦਰ ਜਾ ਕੇ ਜਿਹੜੇ ਮਦਰਬੋਰਡ ਨੂੰ ਜਾਂ ਬਾਕੀ ਕੰਪੋਨੈਂਟਸ ਨੂੰ ਪਾਵਰ ਦਿੰਦੀ ਹੈਗੀ ਆ ਉਹ ਕਿਹੜੀ ਹੁੰਦੀ ਹੈ ਸਵਿਚਡ ਮੋਡ ਪਾਵਰ ਸਪਲਾਈ ਸੋ ਇੱਕ ਪਾਵਰ ਕਨੈਕਟਰ ਵੀ ਮਦਰਬੋਰਡ ਦੇ ਉੱਪਰ ਬਣਿਆ ਹੁੰਦਾ ਜਿੱਥੇ ਕਿ ਮ ਇੱਕ ਸਾਕਟ ਹੁੰਦੀ ਗਈ ਹੈ ਸਾਕਟ ਦੇ ਵਿੱਚ ਐਸਐਮਪੀ ਐਸੋ ਸਪਲਾਈ ਇਦਾਂ ਕਰਕੇ ਲੱਗ ਜਾਂਦੀ ਹੈ ਚ ਠੀਕ ਹੈ ਐਸਐਮਪੀ ਐ ਤੁਸੀਂ ਇਹ ਬਾਹਰ 220 ਵੋਲਟ ਜਿਹੜਾ ਤੁਸੀਂ ਜਿਹੜਾ ਕਨੈਕਟਰ ਆਪਣੇ ਦੀਵਾਰ ਚੋਂ ਆਪਾਂ ਲਗਾ ਦਨੇ ਇਦਾਂ ਕਰਕੇ ਕਨੈਕਟਰ ਲਗਾਉਣੇ ਹੈਗੇ ਐ ਐਸਐਮਪੀ ਐਸੋ ਨੂੰ ਜਾਂਦਾ ਐਸਐਮਪੀ ਐਸੋ ਅੱਗੇ ਕੀ ਹੈ ਮਦਰ ਬੋਰਡ ਦੇ ਉੱਪਰ ਸਪਲਾਈ ਦਿੱਤੀ ਜਾਂਦੀ ਗਈ ਹੈ ਇਹ ਜ਼ਿਆਦਾਤਰ ਕੀ ਹੈ 20 ਪਿਨ ਹੁੰਦਾ ਹੈਗਾ ਕਿੰਨਾ ਹੁੰਦਾ 20 20 ਪਿਨ ਪਾਵਰ ਕਨੈਕਟਰ ਹੁੰਦਾ ਹੈਗਾ ਇਹਦੇ ਚ ਕੀ ਹੁੰਦੀ ਹੈਗੀ ਬਲੈਕ ਵਾਇਰਸ ਦੋ ਹੁੰਦੀਆਂ ਜਿਹੜੀਆਂ ਉਹ ਇਕੱਠੀਆਂ ਦਿਸਦੀਆਂ ਤੁਹਾਨੂੰ ਜਿਹੜੀਆਂ ਇੱਥੇ ਕੀ ਆ ਦੋ ਬਲੈਕ ਵਾਇਰਸ ਹੁੰਦੀਆਂ ਬਲੈਕ ਉਹ ਇਕੱਠੀਆਂ ਆਉਣੀਆਂ ਉੱਥੇ ਤੁਹਾਨੂੰ ਆਈਡੈਂਟੀਟੀ ਹੋ ਜਾਂਦੀ ਹੈ ਇਹ ਕੀ ਹੈ ਤੁਹਾਡਾ ਪਾਵਰ ਕਨੈਕਟਰ ਹੈ